ਹਾਂਜੀ ਦੋਸਤੋ, ਕੀ ਹਾਲ ਚਾਲ? ਵੀ ਲਿਆ ਤੋ ਸਾਰਿਆਂ ਨੂੰ ਵਧੀਆ ਹੋਊਗਾ। ਆਪਾਂ ਤੋਂ ਪਹਿਲੇ ਘੈਂਟੀ ਉਹਨਾਂ ਦੇ ਘੈਂਟੀ ਰਹਿਣਾ ਮਾਝੀ, ਅਤੇ ਅੱਜ ਹੈਗੀ ਤਰੀਕ ਆਪਣੀ 18 ਅਗਸਤ 2024, ਅਤੇ ਡੇ ਹੈਗਾ ਅੱਜ ਸੰਡੇ, ਅਤੇ ਕੱਲ੍ਹ ਨੂੰ ਹੈਗੀਆਂ ਰੱਖੜੀਆਂ, ਪਰ ਆਪਾਂ ਅੱਜ ਬੰਨ ਰਹੇ ਹਾਂ। ਅਤੇ ਸਾਹਮਣੇ ਤੁਸੀਂ ਦੇਖ ਜਾਣਾ ਵੀ ਅੱਜ ਰੱਖੜੀ ਦਾ ਬਲੌਗ ਆ ਰਿਹਾ ਵਾ, ਹੈ ਨਾ? ਆ ਗਿਆ ਨਹੀਂ, ਆ ਰਿਹਾ ਨਹੀਂ, ਆ ਗਿਆ ਹੈਗਾ, ਅਤੇ ਤੁਸੀਂ ਦੇਖ ਰਹੇ ਹੋ, ਟੱਚ ਕੀਤਾ ਤੁਸੀਂ ਵੀਡੀਓ ਨੂੰ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਭਾਅ ਜੀ, ਆਪਾਂ ਅੱਜ ਹੈ ਨਾ ਬੰਨਣ ਲੱਗੇ ਰੱਖੜੀਆਂ, ਅਤੇ ਸਾਰੇ ਆ ਰਹੇ ਨੇ ਗੈਸਟ ਵਗੈਰਾ ਆਪਣੇ, ਅਤੇ ਕਿਉਂਕਿ ਕੱਲ੍ਹ ਯਾਰ ਕਹਿੰਦੇ ਵੀ 1 ਵਜੇ ਤੱਕ ਹੈ ਨਾ, ਮਤਲਬ ਵੀ ਕੋਈ ਇੱਦਾਂ ਦਾ ਕੁਛ ਹੈਗਾ ਪ੍ਰੋਬਲਮ ਵਗੈਰਾ, ਅਤੇ ਤਾਂ ਕਰਕੇ ਆਪਾਂ ਅੱਜ ਹੀ ਬੰਨ ਲੈਂਦੇ ਹਾਂ ਬੰਨਣੀ। ਕੱਲ੍ਹ ਵੀ ਅੱਜ ਵੀ ਆ, ਕੋਈ ਫਰਕ ਤਾਂ ਹੁੰਦਾ ਨਹੀਂ ਹੈ ਨਾ? ਅਤੇ ਆਪਾਂ ਅੱਜ ਬੰਨ ਰਹੇ, ਤੁਹਾਨੂੰ ਦਿਖਾਉਂਦੇ ਹਾਂ ਵੀ ਪਰ ਇੰਜੋਏ। ਅਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਮਿਲਦੇ ਆਪਾਂ ਅੱਗੇ ਜਾ ਕੇ ਆ ਜਾਓ। ਆਖਦਾ ਰਹਿਣਾ ਏ ਮੈਂ ਨੀ ਪੜਦੀ, ਜੇ ਮੈਂ ਲੜਦੀ ਤੇਰੇ ਨਾਲ ਵੀਰੇ ਬਹੁਤਿਆਂ, ਪਿਆਰ ਵੀ ਤੈਨੂੰ ਹੀ ਜ਼ਿਆਦਾ ਕਰਦੀ। ਲੜ ਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਵਾਲੀ, ਵੀਰੇ ਤੇਰੀ ਭੈਣ ਪਿਆਰੀ, ਲੈ ਪੁੱਛਿਆ ਮੈਂ ਹਾਰੀ, ਉਹਨੇ ਦਿਲ ਭੇਜਣ ਗਏ ਹੁਣ ਉਦੋਂ ਹੀ ਆਊਗੀ, ਲਾਉਂਦਾ ਨੀ ਤੂੰ ਪਰ ਗੇੜਾ ਕਦੀ ਬੁਲਾਉਂਗੀ। ਲਓ ਮਿੱਤਰੋ, ਅੱਜ ਹੈਗੀ ਆ ਤਰੀਕ ਆਪਣੀ 18 ਅਗਸਤ 2024, ਅਤੇ ਅੱਜ ਹੈਗਾ ਰੱਖੜੀਆਂ ਦਿਨ। ਆਪਣੀ ਭੈਣ ਨਾਲ ਬੈਠੀ ਆਪਣੇ ਤੇ ਰੱਖੜੀ ਬਣਾਉਣਾ, ਤੁਹਾਨੂੰ ਦਿਖਾਉਣਾ ਵੀ ਫਿਰ ਇੰਜੋਏ ਆ ਜਾਓ ਵੀ ਮਿੱਤਰੋ, ਪਾਉਂਦੇ ਆ ਰੱਖੜੀ, ਅਤੇ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ, ਮੰਮਾ ਹੋਣੀ ਵੀ ਜਾਣਗੇ ਅਤੇ ਭੂਆ ਹੋਣੀ ਵੀ ਆਉਣਗੇ ਸ਼ਾਇਦ, ਅਤੇ ਤੁਹਾਨੂੰ ਦਿਖਾਉਣੇ ਆ ਜਾਓ। ਚਲੋ ਉੱਥੇ ਰੁਕਦੀ ਆ ਸ਼ੌਕ ਤੋਂ ਗੀਤ ਦੱਬ ਕੇ ਤਾਨੇ ਮੇਰੇ ਚੁੱਕਦੀ ਆ, ਬਾਪੂ ਪੱਗ ਤੋਂ ਪਾਣੇ ਰੰਗੀ ਪਾਣੀ ਵੱਜਦੀ ਆ, ਬਾਪੂ ਦੀ ਪੱਗ ਉੱਚੀ ਰੱਖਣ ਦੇ ਗਰਮੀਆਂ ਲੱਗ ਗਈ ਰੱਖਣੀ। ਰੱਖੜੀ ਵੇ ਰੱਖੜੀ ਵੇ ਰੱਖੜੀ ਵੇ ਭੈਣ ਬੰਨਦੀ ਕਲਾਈ ਨੂੰ, ਉਹ ਵੀ ਆ ਤਾਂ ਚਾਰ ਚਾਰ ਪੰਜ ਪੰਜ ਰੱਖੜੀਆਂ ਮੰਨੀ ਜਾਂਦੀਆਂ ਨੇ। ਆਪਣੇ ਮੰਮੀ ਆ ਜਾਓ, ਦਿਖਾਓ ਆਪਣਾ ਇਹ ਮੰਮੀ ਵੀ ਆ ਗਈ ਤਾਂ ਸਭ ਤੋਂ ਦੁਨੀਆਂ ਤੇ ਚਲ 30 ਲਿਆ ਲਈ, 4-5 ਪੈਕਟ ਲਿਆ ਲਈ, ਕਿਵੇਂ ਹੋ ਗਿਆ ਭਰੀ ਜਾਂਦਾ, ਹਾਏ 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 ਕੀ ਖਾਣਾ।
ਮੰਮੀ ਕਹਿੰਦੇ ਆ ਗਿਆ ਤੈਨੂੰ ਤਾਂ ਭਾਈ ਲੁੱਟਣ ਦਾ, ਚਲੋ ਕੋਈ ਨੀ ਦਿੰਦੇ ਦੇ ਦਈਏ ਵੀ ਪੈਸੇ ਫਿਰ ਕਰੀ ਭੈਣੇ ਮੇਰੀਏ ਹੋ ਜਾ ਮੰਮੀ ਹੁਣ ਜਾਣ ਕੇ ਸਾਨੂੰ ਦਿਖਾਉਂਦੇ ਆ ਵੀਡੀਓ ਅੱਗੇ ਅੱਗੇ ਕਹਿੰਦੇ ਲਾਈਕ ਕਮੈਂਟ ਸ਼ੇਅਰ ਕਰੋ ਵੀਡੀਓ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਚਲੋ ਵੀ ਮੰਮੀ ਨੂੰ ਬਣਾਉਣੇ ਬੰਨਣ ਕੇ ਤੋਂ ਲੱਗਿਆ ਕਿ ਤੁਹਾਨੂੰ ਮਾਰ ਪਾਣੀ ਤੇਰੀ ਕਦੇ ਦੀ ਤੋਂਦੀ ਹੈ ਕਿਤੇ ਦੀ ਪਵੇ ਖਿਲਾਵਾ ਦੁਨੀਆ ਤੇ ਰੱਖੜੀ ਵੇ ਰੱਖੜੀ ਵੇ ਰੱਖੜੀਏ ਭੈਣ ਬੰਨਦੀ ਕਲਾਈ ਨੂੰ ਸੋਹਣਾ ਵੀਰ ਖੁਸ਼ ਰਵੇ ਰੱਖੇ ਦੂਰ ਬੁਰਾਈ ਨੂੰ ਨੇੜੇ ਆਇਆ ਦੂਰ ਸ਼ੁਭ ਕਾਮਨਾ ਤੇਰੇ ਨਾਲ ਆ ਰਹਿਣ ਗਿਆ ਸਦਾ ਵੀਰੇ ਦੁਆਵਾਂ ਤੇਰੇ ਨਾਲ ਆ ਦੁਆਵਾਂ ਤੇਰੇ ਨਾਲ ਆ ਜੁਗ ਜੁਗ ਜੀਵੇ ਮੇਰਾ ਵੀਰ ਸੋਹਣਾ ਪਾਗਲ ਕਣ ਕਮਾਈ ਨੂੰ
ਨਾਨ ਭਰਜਾਈ ਦਾ ਰਿਸ਼ਤਾ ਵੀ ਕਿੰਨਾ ਖੂਬਸੂਰਤ ਹੁੰਦਾ ਜੇ ਅਸੀਂ ਭੈਣਾਂ ਭੈਣਾਂ ਵਾਂਗੂ ਰਹੀਏ। ਕਹਿੰਦੇ ਭਰਜਾਈ ਦੇ ਅਗਰ ਸਭ ਤੋਂ ਨੇੜੇ ਕੋਈ ਹੁੰਦਾ ਤਾਂ ਉਹ ਨਨਾਣ ਹੁੰਦੀ ਹੈ, ਅਤੇ ਨਨਾਣ ਦੇ ਅਗਰ ਕੋਈ ਸਭ ਤੋਂ ਨੇੜੇ ਹੁੰਦਾ ਮਾਂ ਤੋਂ ਬਾਅਦ ਤਾਂ ਉਹ ਭਰਜਾਈ ਹੁੰਦੀ। ਚਾਬੀ ਵੇ ਲੋਕੋ, ਚਾਬੀ ਵੇ ਲੋਕੋ, ਹਾਂ ਚੰਨ ਤੋਂ ਵੀ ਸੋਹਣੀ ਮੇਰੀ ਭਾਬੀ ਵੇ ਲੋਕੋ, ਬੜੀ ਹੀ ਪਿਆਰੀ ਮੇਰੀ ਭਾਬੀ ਵੇ ਲੋਕੋ, ਘੈਂਟ ਜੇ ਸੁਭਾਅ ਦੀ ਮੇਰੀ ਭਾਬੀ ਵੇ ਲੋਕੋ। ਰੱਖਣੇ ਪੈਂਦੇ ਦੋ ਦੋ ਥਾਵਾਂ ਤੇ, ਟੁੱਬਾ ਰੋਕ ਕੇ ਤੁਰਨਾ ਪੈਂਦਾ ਹੁੰਦੀਆਂ ਲਾਵਾਂ ਤੇ, ਮਾਂ ਵੀ ਛੱਡ ਕੇ ਪਿੱਛੇ ਰਿਸ਼ਤੇ ਨਾਤੇ ਆਉਂਦੀ ਹੈ, ਤਾਂ ਹੀ ਪੈਣਾ ਹਰ ਵਾਰੀ ਜਾਂਦੀਆਂ ਮਾਵਾਂ ਤੇ, ਮਾਂ ਤੋਂ ਬਾਅਦ ਜੋ ਸਭ ਤੋਂ ਵੱਡਾ ਸਹਾਰਾ ਦੁਨੀਆ ਤੇ। ਸ਼ੌਕ ਜੋ ਦਿਲ ਵਿੱਚ ਦੱਬ ਕੇ ਤਾਨੇ ਮੇਣੇ ਚੁੱਕਦੀ ਹੈ, ਬਾਪੂ ਕੰਮ ਤੋਂ ਆਉਂਦੇ ਨੂੰ ਹੀ ਪਾਣੀ ਪੁੱਛਦੀ ਹੈ, ਬਾਪੂ ਦੀ ਪੱਗ ਉੱਚੀ ਰੱਖਣ ਦੇ ਲਈ ਚੁੱਕਦੀ ਹੈ, ਇਹੀ ਤਾਂ ਨਹੀਂ ਚਾਹੁੰਦੀਆਂ ਕਿਸੇ ਦਾ ਮਾੜਾ ਦੁਨੀਆ ਤੇ। ਘਰ ਜੋੜ ਕੇ ਰੱਖਣੇ ਪੈਂਦੇ ਦੋ ਦੋ ਥਾਵਾਂ ਤੇ, ਟੁੱਬਾ ਰੋਕ ਕੇ ਤੁਰਨਾ ਪੈਂਦਾ ਹੁੰਦੀਆਂ ਲਾਵਾਂ ਤੇ, ਮਾਂ ਵੀ ਛੱਡ ਕੇ ਪਿੱਛੇ ਰਿਸ਼ਤੇ ਨਾਤੇ ਆਉਂਦੀ ਹੈ, ਤਾਂ ਹੀ ਪੈਣਾ ਹਰ ਵਾਰੀ ਜਾਂਦੀਆਂ ਮਾਵਾਂ ਤੇ, ਮਾਂ ਤੋਂ ਬਾਅਦ ਜੋ ਸਭ ਤੋਂ ਵੱਡਾ ਸਹਾਰਾ ਦੁਨੀਆ ਤੇ।
ਸ਼ੇਅਰ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਆਪਾਂ ਨਵੇਂ ਵਲੋਗਾਂ ਦੇ ਵਿੱਚ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੇ ਤੁਸੀਂ ਜਿਹੜਾ ਉਰੇ ਤੱਕ ਵੀਡੀਓ ਦੇਖ ਰਿਹਾ ਵਾ ਲਾਈਕ ਕਰ ਦਿਉ, ਜਿਹੜੇ ਨੂੰ ਦੇਖਿਆ ਆਪਣਾ ਨਾਮ ਵਗੈਰਾ ਵੀ ਲੱਗ ਦਿਉ ਵੀ ਹਾਂ ਵੀ ਇੱਥੇ ਤੱਕ ਆਪਾਂ ਦੇਖੀਏ ਵੀਡੀਓ। ਅਤੇ ਚੰਗਾ ਜੀ ਮਿਲਦੇ ਆਪਾਂ ਨਵੇਂ ਵਲੋਗਾਂ ਦੇ ਵਿੱਚ। ਜਿਨ੍ਹਾਂ ਨੇ ਜਾਣਨਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਉ ਜੀ, ਅਤੇ ਹੋਰ ਵਧੀਆ ਵਧੀਆ ਵਲੋਗਾਂ ਦੇ ਲਈ ਅਸੀਂ ਹਜੇ ਆਉਂਦੇ ਹੀ ਰਹਿਣੇ, ਹਜੇ ਬਸ ਥੋੜ੍ਹਾ ਇੰਜੋਏ ਕਰੋ ਤੁਸੀਂ, ਥੋੜ੍ਹੇ ਦਿਨ ਵੇਟ ਕਰੋ ਦੇਖੀ ਕਿੰਨੀ ਘੰਟੀਆਂ ਦਾ ਵਲੋਗ ਆਉਣਗੇ। ਅਤੇ ਚੰਗਾ ਜੀ ਬਾਏ ਬਾਏ ਦੇਖ ਕੇ। ਜੁਗ ਜੁਗ ਜੀ ਰੇ ਮੇਰਾ ਵੀਰ ਸੋਹਣਾ ਪਾਗਲ ਕਣਕ।